ਇਹ ਸਾਰੇ ਟੰਡੀ ਕਦੀਮ ਪਿੰਡ ਦੇ ਆ ਅਤੇ ਇਹ ਇੱਥੇ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਅਤੇ ਉਸ ਵਿੱਚ ਪੜ੍ਹਦੇ ਆ। ਇਹ ਛੁੱਟੀ ਇਹਨਾਂ ਨੂੰ ਹੋਈ ਹੈ ਅਤੇ ਪਰ ਫਿਰ ਵੀ ਆਖੇ ਲੱਗ ਗਏ ਨਿਆਣੇ ਖੜ੍ਹ ਗਏ ਕਹੇ ਤੋਂ, ਪਰ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਮਸਲਿਆਂ ਦੇ ਉੱਤੇ। ਸਤਿ ਸ਼੍ਰੀ ਅਕਾਲ ਬੱਚੇ, ਹਮ ਪੜ੍ਹਦੇ ਹੈ। ਕਿਹੜੀ ਕਲਾਸ 'ਚ ਪੜ੍ਹਦੇ? ਅੱਠਵੀਂ। ਅੱਠਵੀਂ 'ਚ ਪੰਜਾਬੀ ਚੱਲੂਗੀ? ਕੋਈ ਨਹੀਂ, ਅਸੀਂ ਅੱਠਵੀਂ ਮੈਂ ਪੜ੍ਹਤੇ ਹੈ, ਹਮ ਬਹੁਤ ਅੱਛੀ ਪੜ੍ਹਾਈ ਕਰਤੇ ਹੈ। ਹਮ ਅੱਜ ਕੀ ਪੜ੍ਹ ਕੇ ਆਏ? ਅੱਜ ਪੜ੍ਹਾਈ ਹੋਈ ਨਹੀਂ ਹੈ। ਅੱਛਾ, ਤੇ ਕੀ ਗੱਲ, ਪੰਜਾਬੀ ਦੇ ਨਾਲ ਜੰਗ ਲੱਗੀ ਆਪਣੀ? ਪੰਜਾਬੀ ਨਾਲ ਜੰਗ ਮੁਸ਼ਕਲ ਹੀ ਹੈ, ਨਹੀਂ ਲੱਗਣੀ ਚਾਹੀਏ। ਕੀ ਪੜ੍ਹਦੇ ਹੁੰਦੇ ਅੱਗੇ ਪਹਿਲਾਂ, ਮਤਲਬ ਪਿਛਲੇ ਦਿਨਾਂ 'ਚ? ਪਹਿਲਾਂ ਪੜ੍ਹਦੇ ਹੁੰਦੇ ਸੀ ਪੰਜਾਬੀ ਪੜ੍ਹਦੇ ਹੁੰਦੇ ਸੀ। ਕੀ ਪੜ੍ਹਾਉਂਦਾ ਟੀਚਰ? ਉਹ ਪੜ੍ਹਾਉਂਦੇ ਨੇ ਪ੍ਰਸ਼ਨ ਉੱਤਰ ਯਾਦ ਕਰਤੇ ਆ ਕੇ ਕਰ। ਅੱਛਾ, ਤੇ ਨਹੀਂ ਕੁੱਟਦੇ ਤਾਂ ਨਹੀਂ ਮਾਸਟਰ ਹੁਣ ਕੇ? ਬੜੀਆਂ ਸਿੱਖਦੇ ਨੇ। ਠੀਕ ਹੈ, ਕਿ ਨਹੀਂ ਕੁੱਟ ਕਾ ਤੋਂ ਪੈਂਦੇ, ਸ਼ਰਾਰਤਾਂ ਕਰਦੇ ਹੋ? ਹਾਂਜੀ। ਅੱਛਾ, ਫਿਰ ਤਾਂ ਯਾਰ ਪੈਣਗੀਆਂ ਹੀ ਆ ਬਾਈ। ਤੇ ਨਹੀਂ ਵੈਸੇ ਹੂੰ ਪੜ੍ਹਾਈ 'ਚ ਕਿਵੇਂ ਹੁਸ਼ਿਆਰ ਹੋਣ ਲਾਇਕ ਹੋ? ਕਿਵੇਂ ਠੀਕ ਹੀ ਆ, ਨਾ ਜ਼ਿਆਦਾ ਹੁਸ਼ਿਆਰ ਨਾ ਲਾਇਕ। ਅੱਛਾ, ਪੇਪਰ ਵਧੀਆ ਹੋਈ ਜਾਂਦੇ ਨੇ। ਅੱਛਾ, ਤੇ ਸੱਤਵੀਂ ਤੱਕ ਤਾਂ ਫੇਲ ਨਹੀਂ ਕੀਤਾ ਹੋਣਾ ਤੁਹਾਨੂੰ? ਨਾ, ਅਗਾ ਨੌਵੀਂ 'ਚ ਪਤਾ ਲੱਗੇ ਦਾ। ਅੱਛਾ, ਅੱਠਵੀਂ ਬੋਰਡ ਦੀ ਹੈ ਨਾ? ਹਾਂਜੀ। ਅੱਛਾ, ਤੇ ਬੋਰਡ 'ਚ ਕਿਵੇਂ ਆ, ਲੱਗਣਗੇ ਬ੍ਰੇਕ ਕਿ ਨਹੀਂ? ਮੁਸ਼ਕਲ ਹੀ। ਅੱਛਾ, ਨਹੀਂ ਨਿਕਲਣਾ ਮੁਸ਼ਕਲ ਹੈ ਕਿ ਬ੍ਰੇਕ ਲੱਗਣਗੇ? ਕੀ ਪਾਸ ਹੋਣਾ ਮੁਸ਼ਕਲ ਹੈ ਕਿ ਫੇਲ ਨਹੀਂ ਹੁੰਦੇ? ਕੋਈ ਪਤਾ ਨਹੀਂ, ਹਲੇ ਤਾਂ ਪੇਪਰਾਂ 'ਚ ਪਤਾ ਲੱਗੇ ਤਾਂ ਵੱਡੇ। ਅੱਛਾ, ਹਲੇ ਤਾਂ ਕੱਚੇ ਹੋਏ ਨੇ, ਵਧੀਆ ਹੋ ਗਏ ਨੇ। ਅੱਛਾ, ਤੇ ਘਰ ਦੇ ਕਹਿੰਦੇ ਸਕੂਲ ਜਾਇਆ ਕਰੋ ਕਿ ਨਾ ਜਾਇਆ ਕਰੋ? ਜਾਂਦੇ ਘਰ ਤੱਕ ਬੜੇ ਖਲਦੇ ਨੇ। ਅੱਛਾ, ਪਰ ਅਗਾ ਦੀ ਮਰਜ਼ੀ ਹੈ। ਅੱਛਾ, ਕੋਟ ਕੱਟ ਤਾਂ ਨਹੀਂ ਪੈਂਦੀ? ਨਾ ਨਾ। ਅੱਛਾ, ਕੋਟ ਨਹੀਂ ਪੈਂਦੀ। ਅੱਛਾ, ਨਾ ਸਕੂਲੋਂ ਨਾ ਕਰੋ? ਨਾ ਸਕੂਲੋਂ, ਸਕੂਲੋਂ ਬੜੀਆਂ ਸਿੱਖਦੀਆਂ ਨੇ। ਅੱਛਾ, ਚਲ ਕੋਈ ਨਹੀਂ। ਤੇ ਚਲ ਮੈਨੂੰ ਐਂ ਦੱਸ ਵੀਰ ਬਣ ਕੇ, ਬਹੁਤ ਵਧੀਆ ਗੱਲ ਕਰ ਰਿਹਾ ਮੁੰਡਾ ਵੈਸੇ, ਪਰ ਹੈ ਤਾਂ ਥੋੜ੍ਹਾ ਮਿਆਕੀ। ਅੱਛਾ, ਮੈਨੂੰ ਐਂ ਦੱਸ, ਇਹ ਜਿਹੜੀਆਂ ਮਸ਼ਕਰੀਆਂ ਕਰਦਾ ਕੌਣ ਸਿਖਾਉਂਦਾ? ਕਿ ਆਪੇ ਆਉਂਦੀਆਂ? ਹਾਰਾ ਠੰਡੀਆਂ ਹੀ ਕਰਦਾ ਇਹ ਤੇ। ਠੀਕ ਹੈ, ਚਲ ਹੈਡ ਮਾਸਟਰ ਦਾ ਨਾਂ ਦੱਸ ਫਿਰ। ਡਿੰਪਲ ਮੈਡਮ। ਡਿੰਪਲ ਮੈਡਮ, ਤੇ ਕਿੰਨੇ ਵਿਸ਼ੇ ਆ ਤੁਹਾਨੂੰ ਅੱਠਵੀਂ ਕਲਾਸ 'ਚ, ਕਿੰਨੇ ਸਬਜੈਕਟ ਆ ਟੋਟਲ? ਨੌ। ਨੌ, ਸਾਰੇ ਨਾਂ ਦੱਸ ਸਕਦੇ? ਦੱਸ। ਪੰਜਾਬੀ, ਇੰਗਲਿਸ਼, ਹਿੰਦੀ, ਵਿਗਿਆਨ, ਸਰੀਰ ਸਿੱਖਿਆ, ਤੇ ਦੂਜੀ ਸਮਾਜਿਕ ਵਿਗਿਆਨ ਬਸ। ਤੇ ਬਾਕੀ ਨੌ ਸੀ? ਨੌ ਸੀ ਬਾਈ। ਪੰਜਾਬੀ, ਮੈਥ। ਅੱਛਾ, ਇਹਦਾ 8 7 ਹੀ ਹੋਇਆ ਜੀ। ਹੋ ਗਏ ਪੂਰੇ। ਕੰਪਿਊਟਰ? ਹਾਂਜੀ, ਕੰਪਿਊਟਰ ਵੀ ਹੈਗਾ। ਕੰਪਿਊਟਰ ਵੀ ਵਿਸ਼ਾ ਪਤੰਦਰਾ, ਕੰਪਿਊਟਰ ਮੰਨਦਾ ਹੀ ਨਹੀਂ। ਅੱਛਾ ਚੱਲ, ਹੋਰ ਗੱਲ ਦੱਸ ਵੀ, ਕਦੇ ਐਂ ਵੀ ਜੀ ਕਰਦਾ ਵੀ ਯਾਰ ਅੱਜ ਸਕੂਲ ਨਹੀਂ ਜਾਣਾ? ਬੜਾ ਜੀ ਕਰਦਾ ਪਰ ਕਰੋ ਕੇ। ਅੱਛਾ, ਵੀ ਅੱਜ ਸਕੂਲ ਨਹੀਂ ਜਾਣਾ ਹੈ? ਹਾਂਜੀ। ਕਿਉਂ? ਨਹੀਂ, ਸਕੂਲ ਜਾਣ ਤੇ ਜੀ ਕਰਦਾ ਪਰ ਕਰੂੰ ਕਈ ਵਾਰ ਨਹੀਂ ਜਾਣ ਦਿੰਦੇ। ਅੱਛਾ, ਫਿਰ ਬਹਾਨਾ ਲਾਉਣਾ ਵੀ ਬਿਮਾਰੀ ਹੈ ਜਾਂ ਕਿਵੇਂ? ਹਾਂਜੀ। ਅੱਛਾ, ਤੇ ਘਰ ਦੇ ਫਿਰ ਟੀਕਾ ਨਹੀਂ ਲਵਾਉਂਦੇ? ਡਰਦਾ ਫਿਰ ਜਾਂਦਾ ਨਹੀਂ ਸਕੂਲ? ਬੁਖਾਰ ਹੋ ਜਾਂਦਾ ਫਿਰ ਘਾਟ ਹੀ ਜਾਂਦਾ। ਜਵਾਕ ਪੜ੍ਹਨ 'ਤੇ ਤਾਂ ਪਤਾ ਨਹੀਂ ਤੇਜ਼ ਹੋਊ ਕਿ ਨਾ, ਜਵਾਬ ਚੰਗੇ ਦਿੰਦਾ। ਵੈਰੀ ਗੁੱਡ, ਸ਼ਾਬਾਸ਼। ਆਪਣੇ ਨਾਲ ਹੋਰ ਵੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਛਾ, ਭੱਜਣ ਵਾਲੀ ਕਿਹੜੀ ਗੱਲ ਹੈ, ਭੱਜ ਹੀ ਗਏ ਪਤੰਦਰ। ਆਪਣੇ ਨਾਲ ਵੱਡੀਆਂ ਕਲਾਸਾਂ ਦੇ ਜਵਾਕ ਨੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਅੱਛਾ ਅੱਛਾ ਵੀਰੇ, ਅੱਜ ਦੱਸ ਦਿਓ ਛੁੱਟੀ ਹੋ ਗਈ, ਪਹਿਲਾਂ ਪਤਾ ਸੀ ਛੁੱਟੀ ਦਾ ਕਿ ਨਹੀਂ? ਨਹੀਂ, ਪਹਿਲਾਂ ਨਹੀਂ ਪਤਾ ਸੀ, ਆਹ ਹੀ ਪਤਾ ਲੱਗਾ ਹੈ। ਅੱਛਾ, ਹਾਂਜੀ। ਅੱਛਾ, ਅਚਨਚੇਤ ਹੋ ਗਈ? ਹਾਂਜੀ। ਅੱਛਾ, ਤੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਪਲੱਸ 2 'ਚ। ਅੱਛਾ, ਹਾਂਜੀ। ਤੇ